ਆ ਸਾਰੇ ਕਿਸਾਨ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ ਆ ਮੈਂ ਸੁਖਜਿੰਦਰ ਸਿੰਘ ਐਗਰੀ ਪ੍ਰਾਈਮ ਗਰੁੱਪ ਨਰਵਾਣਾ ਤੋਂ ਆ 2012 ਤੋਂ ਜੀ ਸਾਡੀ ਕੰਪਨੀ ਹਿੰਦ ਐਗਰੋ ਇੰਪਲੀਮੈਂਟ ਜੋ ਹੈ ਖੇਤੀਬਾੜੀ ਮਸ਼ੀਨਾਂ ਬਣਾ ਰਹੀ ਹੈ ਜੀ ਤੇ ਨਰਵਾਣਾ ਦੇ ਵਿੱਚ ਸਾਡਾ ਜੋ ਹੈ ਪਲਾਂਟ ਹੈ ਤੇ ਅੱਜ ਮੈਂ ਤੁਹਾਨੂੰ ਜਾਣਕਾਰੀ ਦੇਣ ਜਾ ਰਿਹਾ ਜੀ ਐਗਰੀ ਪ੍ਰਾਈਮ ਦੇ ਸਟੋਰੀ ਪਰ ਬਾਰੇ ਅ ਐਗਰੀ ਪ੍ਰਾਈਮ ਦਾ ਜੋ ਸਟੋਰੀਪਰ ਹੈ ਜੀ ਇਹਦੇ ਵਿੱਚ ਜੋ ਬਾਡੀ ਬਣੀ ਹੋਈ ਹੈ ਸਭ ਤੋਂ ਪਹਿਲਾਂ ਮੇਨ ਸਟਰਕਚਰ ਦੀ ਬਾਡੀ ਦੀ ਗੱਲ ਕਰਦੇ ਆਪਾਂ 5mm ਸ਼ੀਟ ਤੋਂ ਸਿੰਗਲ ਪਲੇਟ ਤੋਂ ਤਿਆਰ ਹੋਈ ਹੋਈ ਜੋ ਹੈ ਇਹਦੀ ਬਾਡੀ ਹੈ ਜੀ ਅਗਲੀ ਗੱਲ ਕਰਦੇ ਆ ਜੀ ਆਪਾਂ ਕਟਰ ਬਾਰ ਅਸੈਂਬਲੀ ਦੀ ਕਟਰ ਬਾਰ ਅਸੈਂਬਲੀ ਦੇ ਵਿੱਚ ਅ ਜੋ ਅਸੀਂ ਰੀਲ ਬਣਾਈ ਹੋਈ ਹੈ ਜੀ ਇਹ ਫੋਲਡਿੰਗ ਰੀਲ ਹੈ ਇਹਦੇ ਵਿੱਚ ਤੁਸੀਂ ਕੱਲਾ ਕੱਲਾ ਪਾਈਪ ਜੋ ਖੋਲ ਕੇ इजीली ਰਿਪੇਅਰ ਕਰ ਸਕਦੇ ਹੋ ਜਿਵੇਂ ਕੋਈ ਬ੍ਰੇਕੇਜ ਆ ਗਈ ਸੀਜ਼ਨ ਦੇ ਵਿੱਚ ਆਪਾਂ ਨੂੰ ਕੋਈ ਪਾਈਪ ਖਰਾਬ ਹੋ ਗਿਆ ਤਾਂ ਤੁਸੀਂ ਕੱਲਾ ਕੱਲਾ ਪਾਈਪ ਜੋ ਖੋਲ ਕੇ ਦੋ ਬੋਲਟ ਖੋਲ ਕੇ ਇੱਥੋਂ ਤੁਸੀਂ ਮਤਲਬ ਇਹਨੂੰ ਚੇਂਜ ਕਰ ਸਕਦੇ ਹੋ ਕੱਲੇ ਕੱਲੇ ਪਾਈਪ ਨੂੰ ਜੀ ਐਗਰੀ ਪ੍ਰਾਈਮ ਗਰੁੱਪ ਵੱਲੋਂ ਜੀ ਇੱਕ ਫੈਸਿਲਿਟੀ ਰੀਲ ਦੇ ਵਿੱਚ ਇਹਨੂੰ ਕਟਰ ਬਾਰ ਦੇ ਉੱਪਰ ਰੱਖਿਆ ਗਿਆ ਤੇ ਇਹਦੇ ਵਿੱਚ ਅਡਜਸਟਮੈਂਟ ਹੈ ਇਹਨੂੰ ਆਪਾਂ ਉੱਪਰ-ਨੀਚੇ ਕਰ ਸਕਦੇ ਹਾਂ ਦੂਸਰਾ ਜੇ ਆਪਾਂ ਕੰਪਲੀਟ ਰੀਲ ਨੂੰ ਖੋਲਣਾਗਾ ਤਾਂ ਇੱਥੋਂ ਤੁਸੀਂ ਇਹ ਦੋ ਬੋਲਟ ਖੋਲ ਕੇ ਦੋ ਬੋਲਟ ਦੂਸਰੀ ਤਰਫ ਤੋਂ ਖੋਲ ਕੇ ਕੰਪਲੀਟ ਰੀਲ ਨੂੰ ਖੋਲ ਕੇ ਇਹਦਾ ਕੋਈ ਵੀ ਮਤਲਬ ਜੋ ਹੈ ਕੰਮ ਕਰ ਸਕਦੇ ਹਾਂ ਤੁਸੀਂ ਕਟਰ ਅਸੈਂਬਲੀ ਦੇ ਵਿੱਚ ਕੰਪਨੀ ਵੱਲੋਂ ਜੀ ਓਗਰ ਦੇ ਉੱਪਰ ਜੋ ਸਪੈਸ਼ਲ ਚੂਹੇ ਦਿੱਤੇ ਹੋਏ ਨੇ ਸਪ੍ਰਿੰਗ ਵਾਲੇ ਇਹਨਾਂ ਦੇ ਵਿੱਚ ਮੂਵਮੈਂਟ ਹੈਗੀ ਜਿਵੇਂ ਕੋਈ ਪੱਥਰ ਵਗੈਰਾ ਆ ਜਾਂਦਾ ਤਾਂ ਚੂਹੇ ਸਪ੍ਰਿੰਗ ਦੀ ਲਚਕ ਨਾਲ ਮੂਵ ਕਰ ਜਾਂਦੇ ਨੇ ਤੇ ਕੋਈ ਤੋੜ ਭੱਜ ਦੀ ਕਿਸੇ ਤਰ੍ਹਾਂ ਦੀ ਵੀ ਬ੍ਰੇਕੇਜ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ ਹੈਗੀ ਗੱਲ ਕਰੀਏ ਜੀ ਹੁੱਕ ਬਾਰੇ ਤਾਂ 12mm ਦੀ ਕੰਪਨੀ ਵੱਲੋਂ ਹੁੱਕ ਲਗਾਈ ਗਈ ਹੈ ਜੋ ਕਿ ਬਹੁਤ ਹੀ ਹੈਵੀ ਸਟਰਕਚਰ ਦੀ ਬਣੀ ਹੋਈ ਹੈ ਮਤਲਬ ਇਹਦੇ ਵਿੱਚ ਕੋਈ ਟੁੱਟਣਾ ਵਗੈਰਾ ਦੀ ਕੋਈ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਉਂਦੀ ਇਸ ਤੋਂ ਬਾਅਦ ਗੱਲ ਕਰਦੇ ਜੀ ਪੀਟੀਓ ਹੋਲਡਰ ਦੀ ਪੀਟੀਓ ਹੋਲਡਰ ਕੰਪਨੀ ਵੱਲੋਂ 5mm ਦੀ ਸ਼ੀਟ ਦਾ ਬਹੁਤ ਵਧੀਆ ਪੀਟੀਓ ਹੋਲਡਰ ਬਣਾਇਆ ਹੋਇਆ ਹੈ ਇਹਦੇ ਵਿੱਚ ਤੁਸੀਂ ਪੀਟੀਓ ਨੂੰ ਆਸਾਨੀ ਨਾਲ ਜੋ ਹੈ ਕੈਰੀ ਕਰਕੇ ਕਿਤੇ ਵੀ ਲੈ ਕੇ ਜਾ ਸਕਦੇ ਹੋਗੇ ਗੱਲ ਕਰੀਏ ਜੀ ਗियर ਬਾਰੇ ਤਾਂ ਇਹਦੇ ਉੱਪਰ ਜੋ ਆਪਣੇ ਟਿਊਬਲਰ ਗियर ਬਾਕਸ ਲਗਾਇਆ ਹੋਇਆ ਹੈਗਾ ਇਹਦੇ ਵਿੱਚ ਕ੍ਰੋਸ ਵਾਲਾ ਸਿਸਟਮ ਜਿਵੇਂ ਕਿ ਕੰਪਨੀ ਦਾ ਦਿੱਤਾ ਹੁੰਦਾ ਆਪਾਂ ਨੇ ਟਿਊਬਲਰ ਗियर ਬਾਕਸ ਲਗਾਇਆ ਹੋਇਆ ਹੈ ਇਹਦੇ ਵਿੱਚ ਕੰਪਲੀਟ ਜੋ ਪਾਈਪ ਦੇ ਵਿੱਚ ਹੈ ਆਇਲ ਹੈਗਾ ਜੀ ਤੇ ਅੰਦਰੋਂ ਲੈ ਕੇ ਗੇਅਰ ਦੇੋਂ ਬਾਹਰ ਤੱਕ ਪੂਲੀ ਤੱਕ ਸ਼ਾਫਟ ਹੀ ਨਿਕਲਦੀ ਹੈਗੀ ਆ ਬੈਰਿੰਗਾਂ ਨੂੰ ਅੰਦਰੋਂ ਤੇਲ ਦਿੱਤਾ ਹੋਇਆ ਜੀ ਤੇਲ ਦੇ ਵਿੱਚ ਬੈਰਿੰਗ ਰਹਿੰਦੇ ਨੇ ਤਾਂ ਬ੍ਰੇਕੇਜ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਉਂਦੀ ਹੈਗੀ ਗੀਅਰ ਦੇ ਵਿੱਚ ਆ ਗਾਈਡ ਡਰਮ ਦੀ ਗੱਲ ਕਰੀਏ ਜੀ ਤਾਂ ਇਹਦਾ ਜੋ ਗਾਈਡ ਡਰਮ ਆ ਉਹ ਚਾਰ ਪਹਿਲੂਆਂ ਤੋਂ ਬਣਿਆ ਹੋਇਆ ਹੈਗਾ ਜੋ ਕਿ ਮਤਲਬ ਪ੍ਰੋਪਰ ਹਵਾ ਬਣਾਉਂਦਾ ਹੈਗਾ ਉਸ ਤੋਂ ਬਾਅਦ ਨਾਲ ਹੀ ਜੇ ਗਾਈਡ ਡਰਮ ਦੇ ਵਿੱਚ ਕੋਈ ਰੋੜਾ ਕਟਰ ਬਾਰ ਅਸੈਂਬਲੀ ਦੇ ਦਿੰਦੀ ਹੈ ਤਾਂ ਇੱਥੇ ਰੋੜਾ ਟਰੇ ਦਿੱਤੀ ਹੋਈ ਹੈ ਸਪੈਸ਼ਲ ਕੰਪਨੀ ਨੇ ਰੋੜਾ ਜੋ ਹੈ ਨੀਚੇ ਨਿਕਲ ਜਾਂਦਾ ਹੈਗਾ ਇਸ ਤੋਂ ਬਾਅਦ ਗੱਲ ਕਰੀਏ ਜੀ ਥਰੇਸ਼ਰ ਦੇ ਕਵਰ ਬਾਰੇ ਤਾਂ ਜੋ 12 ਗੇਜ ਚਦਰ ਦਾ ਇਹ ਪੂਰਾ ਹੈਵੀ ਆਪਣਾ ਕਵਰ ਬਣਾਇਆ ਹੋਇਆ ਜੀ ਥਰੇਸ਼ਰ ਦਾ ਤੇ ਇਹਨੂੰ ਜੋ ਹੈ ਲੌਕ ਸਿਸਟਮ ਦਿੱਤਾ ਹੋਇਆਗਾ ਜਿਹਨੂੰ ਤੁਸੀਂ ਦੋ ਸਾਈਡ ਲੌਕ ਦਿੱਤੇ ਹੋਏ ਨੇ ਕਿ ਈਜ਼ੀਲੀ ਮਤਲਬ ਲੌਕ ਨੂੰ ਖੋਲੋਗੇ ਤਾਂ ਆਸਾਨੀ ਨਾਲ ਇਹਨੂੰ ਕਵਰ ਨੂੰ ਉੱਪਰ ਕਰ ਸਕਦੇ ਹੋ ਕੋਈ ਬੋਲਟ ਸਿਸਟਮ ਨਹੀਂ ਹੈਗਾ ਵੀ ਬੋਲਟਾਂ ਦੇ ਉੱਤੇ ਕਸਿਆ ਹੋਇਆਗਾ ਉਸ ਤੋਂ ਬਾਅਦ ਗੱਲ ਕਰਦੇ ਆ ਜੀ ਥਰੇਸ਼ਰ ਦੀ ਥਰੇਸ਼ਰ ਦਾ ਜੋ ਹੈ 21 ਇੰਚ ਡਾਇਆ ਜੀ ਤੇ 304 ਪਲੇਟਾਂ ਦਾ ਕੰਪਨੀ ਵੱਲੋਂ ਇਸ ਦੇ ਵਿੱਚ ਇਸਤੇਮਾਲ ਕੀਤਾ ਹੋਇਆ ਜੀ ਅ ਹੇ ਨੀਚੇ ਇਸ ਦੇ ਇੱਕ ਸਿੰਗਲ ਬਾਸਕਟ ਹੈ ਜਿਸ ਦੇ ਵਿੱਚ 38 ਬਲੇਡ ਅਦਰਵਾਈਜ਼ ਕੰਪਨੀਆਂ 35 ਬਲੇਡ ਯੂਜ਼ ਕਰਦਿਆਂ ਨੇ ਆਪਾਂ 38 ਬਲੇਡ ਇਸ ਦੇ ਵਿੱਚ ਯੂਜ਼ ਕਰੇ ਹੋਏ ਨੇ ਜੀ ਬਾਸਕਟ ਦੇ ਵਿੱਚ ਇਸ ਤੋਂ ਬਾਅਦ ਗੱਲ ਕਰਦੇ ਹਾਂ ਜੀ ਸਟੋਰ ਰੀਪਰ ਦੀਆਂ ਪੁਲੀਆਂ ਬਾਰੇ ਤਾਂ ਇਹਦੇ ਵਿੱਚ ਲੋਕ ਸਿਸਟਮ ਵਾਲੀਆਂ ਪੁਲੀਆਂ ਇੱਥੇ ਆ ਜਾਂਦੀਆਂ ਤੁਸੀਂ ਇਸ ਜਗ੍ਹਾ ਤੇ 2 ਬੋਲਟ ਲਗਾ ਕੇ ਬਾਕੀ 4 ਬੋਲਟ ਢਿਲਾ ਕਰੋਗੇ ਤੇ ਪੁਲੀ ਈਜ਼ੀਲੀ ਬਾਹਰ ਆ ਜਾਊਗੀ ਇਸ ਤੋਂ ਬਾਅਦ ਗੱਲ ਕਰਦੇ ਹਾਂ ਜੀ ਐਗਜ਼ੌਸਟ ਪਾਈਪ ਦੀ ਇਹਦੇ ਵਿੱਚ ਜੋ ਹੈ ਕੰਪਨੀ ਵੱਲੋਂ ਸਪੈਸ਼ਲ ਸੌਕਰ ਸਿਸਟਮ ਦਿੱਤਾ ਹੋਇਆ ਹੈਗਾ ਇਹਦੇ ਨਾਲ ਮਤਲਬ ਜੋ ਹੈ ਪਾਈਪ ਨੂੰ ਪਿੱਛੇ ਲਿਜਾਣ ਵਿੱਚ ਜਬ ਮਤਲਬ ਲਚਕ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਉਂਦੀ ਟਰਾਲੀ ਦੇ ਵਿੱਚ ਜਦੋਂ ਇਹ ਪਾਈਪ ਲੱਗਿਆ ਹੁੰਦਾ ਤਾਂ ਈਜ਼ੀਲੀ ਮਤਲਬ ਇਹਨੂੰ ਮੂਵਮੈਂਟ ਮਿਲੀ ਜਾਂਦੀ ਹੈਗੀ ਉੱਪਰ-ਨੀਚੇ ਹੋਣ ਦੀ ਜੋ ਹੈ ਉਸ ਤੋਂ ਬਾਅਦ ਗੱਲ ਕਰਦਾ ਜੀ ਐਗਜ਼ੌਸਟ ਪਾਈਪ ਨੂੰ ਅੱਗੇ ਰੱਖਣ ਵਾਸਤੇ ਸਪੈਸ਼ਲ ਘੋੜੀ ਦਿੱਤੀ ਹੋਈ ਹੈਗੀ ਤੇ ਘੋੜੀ ਦੇ ਉੱਪਰ ਦੀ ਪਲਾਸਟਿਕ ਦਾ ਹੋਲਡਰ ਲਗਾਇਆ ਹੋਇਆ ਜਿਹੜਾ ਇਹਨੂੰ ਫਿਕਸ ਕਰਕੇ ਮਤਲਬ ਜਿਵੇਂ ਆਪਾਂ ਨੇ ਕਿਤੇ ਮੂਵ ਕਰਨਾ ਹੋਵੇ ਉੱਪਰ ਨੂੰ ਦੂਰ ਲੈ ਕੇ ਜਾਣਾ ਹੋਵੇ ਤਾਂ ਈਜ਼ੀਲੀ ਤੁਸੀਂ ਇਹਨੂੰ ਹੋਲਡ ਕਰਕੇ ਲੈ ਕੇ ਜਾ ਸਕਦੇ ਹੋ ਕਿਸਾਨ ਵੀਰੋ ਗੱਲ ਕਰੀਏ ਰੀਪਰ ਦੀ ਬੈਕਸਾਈਡ ਦੀ ਤਾਂ ਰੀਪਰ ਦੇ ਬਹੁਤ ਹੀ ਹੈਵੀ ਚਾਦਰ ਦੀ ਜਿਹੜੀ ਟਾਕੀ ਲਗਾਈ ਹੋਈ ਆ 14 ਗੇ ਚਾਦਰ ਦੀ ਟਾਕੀ ਲਗਾਈ ਗਈ ਆ ਤੇ ਮੈਕਸਿਮਮ ਜੋ ਹੈ ਇਹਦੇ ਵਿੱਚ ਵੈਂਡ ਦਾ ਯੂਜ਼ ਕੀਤਾ ਗਿਆ ਇਹਦੇ ਨਾਲ ਮਜ਼ਬੂਤੀ ਬਹੁਤ ਵੱਧ ਜਾਂਦੀ ਆ ਵੈਲਡਿੰਗ ਘੱਟ ਆ ਜੀ ਫੋਲਡਿੰਗ ਸਿਸਟਮ ਆ ਟਾਕੀ ਦਾ ਜ਼ਿਆਦਾਤਰ ਤੇ ਦੂਸਰੀ ਗੱਲ ਕਰੀਏ ਟਾਕੀ ਨੂੰ ਖੋਲਣ ਦੇ ਲਈ ਦੋ ਮਤਲਬ ਲੋਕ ਦਿੱਤੇ ਹੋਏ ਨੇਗੇ ਤੁਸੀਂ ਲੋਕ ਦੋ ਸਾਈਡ ਤੋਂ ਖੋਲ ਕੇ इजीली ਮਤਲਬ ਜੋ ਹੈ ਇਹਨੂੰ ਉੱਪਰ ਚੱਕ ਸਕਦੇ ਹੋ ਜਿਵੇਂ ਕੋਈ ਬ੍ਰੇਕਡਾਊਨ ਵਗੈਰਾ ਚੈੱਕ ਕਰਨੀ ਹੋਵੇ ਤੇ ਤਾਕੀ ਦੇ ਵਿੱਚ ਲੋਕ ਸਿਸਟਮ ਦਿੱਤਾ ਹੋਇਆ ਹੈਗਾਗੇ ਹਾਂ ਬਲੋਰ ਦੀ ਗੱਲ ਕਰੀਏ ਜੀ ਬਲੋਰ ਦੇ ਵਿੱਚ ਫੋਲਡਿੰਗ ਸਿਸਟਮ ਦਿੱਤਾ ਹੋਇਆ ਹੈਗਾ ਇਹਦੇ ਵਿੱਚ ਵੀ ਲੋਕ ਸਿਸਟਮ ਹੈ ਜੀ ਤੁਸੀਂ ਇੱਕ ਲੋਕ ਦੇ ਨਾਲ ਇੱਕ ਬਲੋਰ ਨੂੰ ਤੁਸੀਂ ਆਸਾਨੀ ਨਾਲ ਖੋਲ ਸਕਦੇ ਹੋ ਤੇ ਨਾਲ ਹੀ ਪੱਖਿਆਂ ਦੀ ਗੱਲ ਕਰੀਏ ਤਾਂ 4mm ਸ਼ੀਟ ਦੇ ਪੱਖੇ ਲੱਗੇ ਹੋਏ ਨੇ ਤੇ 5mm ਦਾ ਲਪੇਟ ਹੈ ਜਿੰਨਾਂ ਦੀ ਬਹੁਤ ਹੀ ਜ਼ਿਆਦਾ ਲਾਈਫ ਹੁੰਦੀ ਹੈ ਬਹੁਤ ਘੱਟ ਜੋ ਹੈ ਕਸਾਈ ਹੁੰਦੀ ਹੈ ਇਹਨਾਂ ਦੀ ਲੋਕੀ ਕਾਫੀ ਹੈਵੀ ਚਦਰ ਦੇ ਲੱਗੇ ਹੋਏ ਨੇਗੇ ਤੇ ਨਾਲ ਹੀ ਪਿੱਛੇ ਟਰਾਲੀ ਨੂੰ ਟੋਚਣ ਕਰਨ ਵਾਸਤੇ 12 mm ਦੀ ਕੰਪਨੀ ਵੱਲੋਂ ਹੁੱਕ ਦਿੱਤੀ ਗਈ ਹੈ ਕਿਸਾਨ ਵੀਰੋ ਹੁਣ ਗੱਲ ਕਰਦੇ ਆਂ ਦਾਣਾ ਟਰੇ ਦੀ ਜੀ ਦਾਣਾ ਟਰੇ ਲਈ ਕੰਪਨੀ ਨੇ ਸਪੈਸ਼ਲ ਲੀਵਰ ਦਿੱਤਾ ਹੈ ਤੇ ਇਸ ਨੂੰ ਸਪੈਸ਼ਲ ਲੋਕ ਦਿੱਤਾ ਹੋਇਆ ਹੈਗਾ ਤੁਸੀਂ ਇਸ ਨੂੰ ਮਤਲਬ ਬੰਦ ਕਰਕੇ ਲੋਕ ਲਗਾ ਕੇ ਰੱਖ ਸਕਦੇ ਹੋ ਤੇ ਜਦੋਂ ਤੁਸੀਂ ਦਾਣੇ ਵਗੈਰਾ ਖਾਲੀ ਕਰਨੇ ਟਰੇ ਭਰ ਗਈ ਤਾਂ ਤੁਸੀਂ ਇਸ ਲੀਵਰ ਨੂੰ نیچے ਕਰਕੇ ਆਸਾਨੀ ਨਾਲ ਟਰੇ ਨੂੰ ਜਿਹੜਾ ਖੋਲ ਤੇ ਬੰਦ ਕਰ ਸਕਦੇ ਹੋ ਗੱਲ ਕਰਦੇ ਆਂ ਕਿਸਾਨ ਵੀਰੋ ਪੂਲਰ ਸਿਸਟਮ ਦੀ ਜੀ ਹਾਂ ਕੰਪਨੀ ਵੱਲੋਂ ਜੋ ਇਹ ਪਲੇਟ ਦਾ ਪੂਲਰ ਬਣਾ ਕੇ ਲਗਾਇਆ ਗਿਆ ਹੈਗਾ ਇਸ ਤੇ ਮਤਲਬ ਤੁਸੀਂ ਤਿੰਨ ਬੋਲਟ ਲਗਾਓਗੇ ਤੇ ਬਾਕੀ ਬੋਲਟ ਖੋਲੋਗੇ ਤਾਂ 베어ਿੰਗ ਆਪਣੇ ਆਪ ਬਾਹਰ ਆਊਗਾ ਇਹ ਤੋਂ ਅਲੱਗ ਤੇ ਪੂਲਰ ਲਗਾਉਣ ਦੀ ਇਸ ਤੇ ਜ਼ਰੂਰਤ ਨਹੀਂ ਕੰਪਨੀ ਵੱਲੋਂ ਇਹ ਜਿਹੜਾ ਚੈਨਲ ਹੈ 5mm ਦਾ ਇਹ ਪੂਲਰ ਬਣਾ ਕੇ ਲਗਾਇਆ ਗਿਆ ਹੈ ਪੂਲਰ ਪਲੇਟ ਹੈ ਕਿਸਾਨ ਵੀਰੋ ਉਮੀਦ ਕਰਦਾ ਹਾਂ ਮੇਰੇ ਵੱਲੋਂ ਜੋ ਵੀ ਜਾਣਕਾਰੀ ਦਿੱਤੀ ਹੈ ਤੁਹਾਨੂੰ ਤੁਹਾਨੂੰ ਵਧੀਆ ਲੱਗੀ ਹੋਵੇਗੀ ਤੇ ਤੁਸੀਂ ਐਗਰੀ ਪ੍ਰਾਈਮ ਸਟੋਰ ਰੀਪਰ ਨੂੰ ਖਰੀਦਣ ਵਾਸਤੇ ਆਪਣੇ ਨਜ਼ਦੀਕੀ ਡੀਲਰਾਂ ਨਾਲ ਸੰਪਰਕ ਕਰ ਸਕਦੇ ਹੋ ਜੀ ਸਾਡੀ ਕੰਪਨੀ ਦੇ ਐਗਰੀ ਪ੍ਰਾਈਮ ਦੇ ਹਰ ਡਿਸਟ੍ਰਿਕਟ ਦੇ ਵਿੱਚ ਡੀਲਰ ਹੈਗੇ ਨੇ ਤੇ ਕੰਪਨੀ ਵੱਲੋਂ ਇਸ ਵੀਡੀਓ ਦੇ ਅੰਤ ਵਿੱਚ ਸਕਰੀਨ ਦੇ ਉੱਪਰ ਨੰਬਰ ਛੱਡੇ ਜਾਣਗੇ ਕੰਟੈਕਟ ਨੰਬਰ ਕੰਪਨੀ ਦੇ ਜੋ ਕੋਈ ਵੀ ਵੀਰ ਭਰਾ ਦਾ ਰੀਪਰ ਲੈਂਡ ਦਾ ਇਛੁਕ ਹੈ ਤਾਂ ਇਹਨਾਂ ਕੰਟੈਕਟ ਨੰਬਰਾਂ ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ